39B ਚੰਡੀਗੜ੍ਹ ਦਾ ਸੈਕਟਰ ਤੇ 39B ਸੈਕਟਰ ਦੀ 952 ਨੰਬਰ ਕੋਠੀ ਜੋ ਸਾਬਕਾ ਹੋ ਚੁੱਕੇ ਆ ਹੁਣ ਫਾਰਮਰ ਮਨਿਸਟਰ ਡਾਕਟਰ ਵਿਜੇ ਸਿੰਘਲਾ ਨੂੰ ਮਿਲੀ ਸੀ ਲੇਕਿਨ ਹੁਣ ਇਹ ਹਰੀਆਂ ਅੰਬੀਆਂ ਉਹਨਾਂ ਨੂੰ ਨਸੀਬ ਨਹੀਂ ਹੋਣਗੀਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਹੋਰਾਂ ਨੇ ਉਹਨਾਂ ਨੂੰ ਬਰਖਾਸਤ ਕਰਤਾ ਮੰਤਰੀ ਮੰਡਲ ਤੋਂ ਬਾਹਰ ਦਾ ਰਸਤਾ ਦਿਖਾਤਾ ਗੰਭੀਰ ਦੋਸ਼ ਲਾਏ ਗਏ ਐ ਕਿ ਮੰਤਰੀ ਸਾਹਿਬ ਨੇ ਸਾਬਕਾ ਮੰਤਰੀ ਡਾਕਟਰ ਵਿਜੇ ਸਿੰਘਲਾ ਹੋਰਾਂ ਨੇ ਕਰਪਸ਼ਨ ਕੀਤੀ ਐ ਭ੍ਰਸ਼ਟਾਚਾਰ ਕੀਤਾ ਔਰ 1% ਕਮਿਸ਼ਨ ਮੰਗੀ ਐ ਟੈਂਡਰ ਤੇ ਔਰ ਕਿਹਾ ਇਹ ਵੀ ਜਾ ਰਿਹਾ ਕਿ ਸਟਿੰਗ ਆਪਰੇਸ਼ਨ ਹੋਇਆ ਬਾਹਰ ਦੀਆਂ ਤਸਵੀਰਾਂ ਇਹ ਕੋਠੀ ਨਸੀਬ ਹੋਈ ਸੀਗੀ ਡਾਕਟਰ ਵਿਜੇ ਸਿੰਘਲਾ ਨੂੰ ਲੇਕਨ ਇਹ ਗੇਟ ਇਸੇ ਤਰੀਕੇ ਦੇ ਨਾਲ ਲੱਗਾ ਰਹਿ ਗਿਆ ਲੋਕ ਰਹੇਗਾ ਤੇ ਨਾ ਹੀ ਇੱਥੇ ਹੁਣ ਵਿਜੇ ਸਿੰਘਲਾ ਜੀ ਪੈਰ ਦੁਬਾਰਾ ਪਾ ਸਕਣਗੇ ਕਿਉਂਕਿ ਗ੍ਰਿਫਤਾਰੀ ਵੀ ਹੋ ਚੁੱਕੀ ਹੈ 39 20 ਸੈਕਟਰ ਚੰਡੀਗੜ੍ਹ ਦਾ 951 ਨੰਬਰ ਕੋਠੀ ਜੋ ਡਾਕਟਰ ਵਿਜੇ ਸਿੰਘਲਾ ਨੂੰ ਮਿਲੀ ਸੀ ਨਸੀਬ ਹੋਈ ਸੀ ਲੇਕਨ ਡਾਕਟਰ ਵਿਜੇ ਸਿੰਘਲਾ ਤੇ ਗੰਭੀਰ ਦੋਸ਼ ਲਗਾਏ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸਾਫ਼ ਤੌਰ ਤੇ ਲਾਈਵ ਆ ਕੇ ਇਹ ਕਿਹਾ ਕਿ ਉਹਨਾਂ ਦੇ ਮੰਤਰੀ ਵੱਲੋਂ ਕ腐ਸ਼ਨ ਕੀਤੀ ਗਈ ਹੈ ਉਹਨਾਂ ਦੇ ਮੰਤਰੀ ਮੰਡਲ ਚੋਂ ਉਹਨਾਂ ਨੂੰ ਬਰਖਾਸਤ ਕੀਤਾ ਜਾਂਦਾ ਹੈ ਕਿਉਂਕਿ ਸਾਬਕਾ ਮੰਤਰੀ ਸਾਬਕਾ ਲੱਗ ਗਿਆ ਉਹਨਾਂ ਦੇ ਨਾਮ ਦੇ ਨਾਲ ਫਾਰਮਰ ਜੁੜ ਚੁੱਕਾ ਹੋਇਆ ਹੈ ਡਾਕਟਰ ਵਿਜੇ ਸਿੰਘਲਾ ਨੇ ਕ腐ਸ਼ਨ ਕੀਤੀ ਭ੍ਰਸ਼ਟਾਚਾਰ ਕੀਤਾ ਕੋਠੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਣਾ ਇਹ ਕੋਠੀ ਮਿਲੀ ਤਾਂ ਸੀਗੀ ਡਾਕਟਰ ਵਿਜੇ ਸਿੰਘਲਾ ਨੂੰ ਲੇਕਿਨ ਨਹੀਂ ਹੁਣ ਇਹ ਸਹੂਲਤਾਂ ਉਹਨਾਂ ਦੇ ਕੋਲੋਂ ਵਾਪਸ ਲੈ ਲਿੱਤੀਆਂ ਜਾਣ ਗਈਆਂ ਮੰਤਰੀ ਸਾਹਿਬ ਕਦੀ ਕਦਾਰ ਇੱਥੇ ਢੇੜਾ ਮਾਰਨ ਆ ਵੀ ਜਾਇਆ ਕਰਦੇ ਸੀਗੇ ਔਰ ਗਰਮੀਆਂ ਦਾ ਮੌਸਮ ਹੈ ਅੰਬਾਂ ਦਾ ਮੌਸਮ ਹੈ ਦਰਖਤ ਦੇ ਉੱਤੇ ਲੱਗੀਆਂ ਹਰੀਏ ਰੰਗ ਦੀਆਂ ਅੰਬੀਆਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਲੇਕਿਨ ਇਹ ਨਸੀਬ ਨਹੀਂ ਹੋਣਗੀਆਂ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੀ ਡਾਈਟ ਦੀ ਚਰਚਾ ਵੀ ਚੱਲਦੀ ਪਈ ਹੈ ਦੂਜੇ ਪਾਸੇ ਹੁਣ ਜਿਸ ਤਰੀਕੇ ਦੇ ਨਾਲ ਭਗਵਾਨ ਤਮਾਨ ਸਰਕਾਰ ਨੇ ਆਪਣੇ ਮੰਤਰੀ ਨੂੰ ਖੁਰਾਕ ਦਿੱਤੀ ਇਹਨੂੰ ਖੁਰਾਕ ਹੀ ਕਵਾਂਗੇ ਖੁਰਾਕ ਇਸ ਕਰਕੇ ਕਵਾਂਗੇ ਕਿਉਂਕਿ ਕ੍ਰਪਸ਼ਨ ਦੇ ਗੰਭੀਰ ਦੋਸ਼ ਹੈ ਇਲਜ਼ਾਮ ਹੈ ਮੰਤਰੀ ਸਾਬਕਾ ਮੰਤਰੀ ਡਾਕਟਰ ਵਿਜੇ ਸਿੰਘਲਾ ਦੇ ਉੱਤੇ ਔਰ ਕੋਠੇ ਦੀਆਂ ਤਸਵੀਰਾਂ ਕਾ ਬੋਲਦੇ ਪਏ ਇੱਥੇ ਔਰ ਕੋਈ ਵੀ ਹਲਚਲ ਨਹੀਂ ਹੈਗੀ ਹੈ ਡਾਕਟਰ ਵਿਜੇ ਸਿੰਘਲਾ ਇੱਕ ਅੱਧੀ ਵਾਰ ਕਦੀ ਢੇੜਾ ਮਾਰ ਜਾਇਆ ਕਰਦੇ ਸੀਗੇ ਲੇਕਿਨ ਹੁਣ ਹਮੇਸ਼ਾ ਦੇ ਲਈ ਇਹ ਸਰਕਾਰੀ ਕੋਠੀ 952 ਨੰਬਰ ਉਹਨਾਂ ਦੇ ਕੋਲੋਂ ਲੈ ਲਈਤੀ ਜਾਏਗੀ ਮੰਤਰੀ ਬਣਨ ਦੇ ਨਾਲ ਸਹੂਲਤਾਂ ਵੀ ਮਿਲਦੀਆਂ ਨੇ ਇਹ ਵੀ ਇੱਕ ਸਹੂਲਤ ਮਿਲੀ ਸੀ ਸਰਕਾਰੀ ਕੋਠੀ ਮਿਲੀ ਸੀਗੀ ਲੇਕਿਨ ਇਹ ਕੋਠੀ ਉਹਨਾਂ ਦੇ ਕੋਲੋਂ ਲੈ ਲਈਤੀ ਜਾਏਗੀ ਜੋ ਪੁਰਾਣੇ ਸੀਗੇ ਖਿਡਾਰੀ ਪੁਰਾਣੇ ਲੀਡਰਸ ਸੀਗੇ ਪੁਰਾਣੇ ਖਿਡਾਰੀ ਸਿਆਸਤ ਦੇ ਖਿਡਾਰੀ ਕਵਾਂਗਾ ਉਹ ਜੋ ਲੀਡਰਸ ਸੀਗੇ ਉਹਨਾਂ ਦੇ ਕੋਲੋਂ ਚਿੱਠੀਆਂ ਦੇ ਦੇ ਕੇ ਨੋਟੀਫਿਕੇਸ਼ਨ ਜਾਰੀ ਕਰ ਕਰਕੇ ਭਾਵੇਂ ਬੀਬੀ ਪਠੱਲ ਹੋਵੇ ਉਹਨਾਂ ਦੇ ਕੋਲੋਂ ਸਰਕਾਰੀ ਕੋਠੀ ਲੈ ਲਈਤੀ ਗਈ ਸੀਗੀ ਗੱਡੀਆਂ ਤੱਕ ਵਾਪਸ ਲਿੱਤੀਆਂ ਗਈਆਂ ਲੇਕਿਨ ਹੁਣ ਆਪਣੇ ਮੰਤਰੀ ਨੂੰ ਜਦੋਂ ਕਟਾਰੇ ਦੇ ਵਿੱਚ ਲਿਆ ਕੇ ਭਗਵੰਤ ਮਾਨ ਹੋਰਾਂ ਨੇ ਖੜਾ ਕੀਤਾ ਤੇ ਉਹਨਾਂ ਦੇ ਕੋਲੋਂ तमाम ਉਸ ਸਹੂਲਤਾਂ ਜੋ ਮੰਤਰੀ ਨੂੰ ਮਿਲਦੀਆਂ ਨੇ ਉਹ ਲੈ ਲETੀਆਂ ਜਾਣਗੀਆਂ 952 ਨੰਬਰ ਕੋਠੀ 39 20 ਚੰਡੀਗੜ੍ਹ ਦਾ ਸੈਕਟਰ ਸਰਕਟ ਹਾਊਸ ਵੀ ਕਿਹਾ ਜਾਂਦਾ ਔਰ ਇਹ 952 ਕੋਠੀ ਜੋ ਸੀਗੀ ਨਸੀਬ ਹੋਈ ਸੀ ਡਾਕਟਰ ਵਿਜੇ ਸਿੰਘਲਾ ਨੂੰ ਜੋ ਕਿ ਸਾਬਕਾ ਸਿਹਤ ਮੰਤਰੀ ਸੀ ਹੁਣ ਇਹ ਵੀ ਸਵਾਲ ਹੈਗਾ ਕਿ ਇਸ ਕੋਠੀ ਦੇ ਵਿੱਚ ਉਹ ਨਵਾਂ ਮੰਤਰੀ ਸਿਹਤ ਮੰਤਰੀ ਕੌਣ ਹੋਏਗਾ ਜੋ ਪੈਰ ਪਾਏਗਾ ਇਹ ਅੰਬੀਆਂ ਹਰੇ ਰੰਗ ਦੀਆਂ ਅੰਬੀਆਂ ਇਸ ਗਰਮੀ ਦੇ ਸੀਜ਼ਨ ਦੇ ਵਿੱਚ ਕਿਹੜੇ ਨਵੇਂ ਸਿਹਤ ਮੰਤਰੀ ਨੂੰ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਨੂੰ ਭਗਵੰਤ ਮਾਨ ਦੇ ਮੰਤਰੀ ਮੰਡਲ ਦੇ ਵਿੱਚ ਬੈਠੇ ਸਿਹਤ ਮੰਤਰੀ ਨੂੰ ਜੋ ਨਵੇਂ ਬਣੇ بنائے ਜਾਣਗੇ ਇਹ ਹਰੇ ਰੰਗ ਦੀਆਂ ਅੰਬੀਆਂ ਕਿਸ ਨੂੰ ਨਸੀਬ ਹੋਣਗੀਆਂ ਕਿਉਂਕਿ ਜੋ ਪੁਰਾਣੇ ਮੰਤਰੀ ਸੀਗੇ ਡਾਕਟਰ ਵਿਜੇ ਸਿੰਘਲਾ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਾਰ ਦਾ ਰਸਤਾ ਦਿਖਾ ਦਿੱਤਾ ਗਿਆ ਗ੍ਰਿਫਤਾਰੀ ਹੋ ਚੁੱਕੀ ਹੋਈ ਹੈ ਇਨਵੈਸਟੀਗੇਸ਼ਨ ਹੋਏਗੀ ਉਹ ਵੀ ਆਪਣਾ ਪੱਖ ਰੱਖਣਗੇ ਕਿਹਾ ਇਹ ਵੀ ਜਾ ਰਿਹਾ ਕਿ ਸਟਿੰਗ ਆਪਰੇਸ਼ਨ ਹੋਇਆ ਸਟਿੰਗ ਮਤਲਬ ਡੰਗ ਆਪਰੇਸ਼ਨ ਹੋਇਆ ਐਸਾ ਆਪਰੇਸ਼ਨ ਹੋਇਆ ਕਿ ਮੰਤਰੀ ਸਾਹਿਬ ਦਾ ਛੁਟਕਾਰਾ ਹੋ ਗਿਆ ਛੁਟਕਾਰਾ ਮੰਤਰੀ ਮੰਡਲ ਤੋਂ ਹੋ ਗਿਆ ਤਸਵੀਰਾਂ ਦੇ ਨਾਲ ਤੁਹਾਨੂੰ ਛੱਡ ਜਾਵਾਂਗਾ ਇੱਕ ਓਠੀ ਮਿਲੀ ਸੀਗੀ ਡਾਕਟਰ ਵਿਜੇ ਸਿੰਘਲਾ ਨੂੰ ਜੋ ਸਾਬਕਾ ਸਿਹਤ ਮੰਤਰੀ ਸੀ ਲੇਕਿਨ ਭਗਵੰਤ ਮਾਨ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਮੰਤਰੀ ਮੰਡਲ ਤੋਂ ਤੇ ਹੁਣ ਦੇਖਣ ਯੋਗ ਇਹ ਹੋਏਗਾ ਕਿ ਇਹ ਨਵੀਂ ਕੋਠੀ ਤੇ ਉਹ ਹਰੇ ਰੰਗ ਦੀਆਂ ਆਂਬੀਆਂ ਕਿਹੜੇ ਨਵੇਂ ਮੰਤਰੀ ਨੂੰ ਨਸੀਬ ਹੋਣ ਜਾ ਰਹੀਆਂ ਨੇ ਕੈਮਰੇ ਦੇ